ਆਹ ਮਿਲਿਆ ਜੀ ਸਾਨੂੰ, ਅਸੀਂ ਘਰ ਲਿਆ ਆ, ਇੱਥੇ ਰਹਿਣਾ ਹੁਣ 3-4 ਦਿਨ ਫਿਰ ਠੰਡਾ ਬੋਲ। ਥੈਂਕ ਯੂ, ਖਾਰਾ ਪਾਣੀ ਭੇਜ ਦਿਓ। ਹੁਣ ਚੱਲੇ ਹਾਂ ਕਿਤੇ ਗੇੜਾ ਗੁੜਾ ਦੇਣ, ਬਰੈਂਪਟਨ ਦੀਆਂ ਗਲੀਆਂ ਤੁਹਾਨੂੰ ਦਿਖਾਉਂਦੇ ਹਾਂ। ਹੁਣ ਚੱਲੇ ਆਪਾਂ ਖੂਨਦਾਨ ਕਰਨ। ਬਲੱਡ ਦਿੱਤਾ ਨੀ ਬਾਈ ਤੂੰ? ਬਠਿੰਡਾ ਮੋਬਾਇਲ ਲੱਗਦਾ ਇਹ ਯਾਰ ਵੀ ਕੈਨੇਡਾ ਵਾ, ਚਾਈਨਾ ਹੀ ਲੱਗਦਾ ਲੈ। ਮਨੀ ਪਿੱਛੇ ਫਿਰਦਾ ਤਾਂ ਵੱਗ ਹੀ ਬਹੁਤ, ਮਨੀ ਪਿੱਛੇ ਫਿਰਦਾ। ਆਪਾਂ ਨੂੰ ਭੁਲੇਖਾ ਪੈਂਦਾ ਰਹਿੰਦਾ ਐ ਚੱਕਣ ਦਾ। ਆਹ ਮਿਲਿਆ ਜੀ ਸਾਨੂੰ, ਅਸੀਂ ਘਰ ਲਿਆ ਆ, ਇੱਥੇ ਰਹਿਣਾ ਹੁਣ 3-4 ਦਿਨ ਫਿਰ ਠੰਡਾ ਬੋਲ। ਖੋਲਦੇ ਨੀ? ਖੋਲਦੇ ਹੈ ਸਿੱਧੀ ਵਾਸ਼ਿੰਗ ਮਸ਼ੀਨ ਕਰੀ ਕੀ ਜਾਣ ਡਿਆ? ਵਾਈਫਾਈ ਦਾ ਪਾਸਵਰਡ ਹੋਊਗਾ। ਖੋਲ ਚਾਬੀ ਤੇਰੇ ਕੋਲੇ ਆ। ਆਪਣੇ ਕਿਹੜੇ ਆ? ਥੈਂਕ ਯੂ, ਖਾਰਾ ਪਾਣੀ ਭੇਜ ਦਿਓ। ਬਰਫ ਵੀ ਤਿਆਰ ਹੋ ਗਏ, ਹੁਣ ਅਸੀਂ ਚੱਲੇ ਕਿਤੇ ਘੁੰਮਣ। ਪੱਗਾਂ ਬੰਨ ਕੇ ਤੇ ਅੱਜ ਕਾਲੀ ਪੱਗ ਬੰਨਾਂਗੇ ਮੇਰੇ ਪਿਓ। ਕਿਹੜਾ ਪਾਸਪੋਰਟ? ਤਿਆਰ ਹੋ ਕੇ ਪੱਗਾਂ ਬੰਨ ਕੇ ਹੁਣ ਚੱਲੇ ਹਾਂ ਕਿਤੇ ਗੇੜਾ ਗੁੜਾ ਦੇਣ, ਬਰੈਂਪਟਨ ਦੀਆਂ ਗਲੀਆਂ ਤੁਹਾਨੂੰ ਦਿਖਾਉਂਦੇ ਹਾਂ। ਮੌਂਟਰੀਅਲ ਵੀ ਜਾਵਾਂਗੇ, ਮਿਸੀ ਸਾਗਾ ਕੀ ਆ ਉਹ ਉੱਥੇ ਵੀ ਜਾਵਾਂਗੇ। ਮੈਂ ਤਾਂ ਆਪਦੇ 7 ਸਾਲ ਸਾਂਭ ਕੇ ਰੱਖੀ, 8 ਸਾਲ ਜੇ ਕੀਤੀ ਖਰਾਬ ਫਿਰ ਤੈਨੂੰ ਪੀਲਿਆ ਕਰ ਦੇਣਾ। ਐਰਿੰਗਾਂ ਤੋਂ ਬਿਨਾਂ ਤੁਹਾਨੂੰ ਪਤਾ ਹੀ ਗੱਲ ਬਣਦੀ ਨਹੀਂ, ਤਾਂ ਕਰਕੇ ਫਿਰ ਚਲੋ। ਇਹ ਵੀ ਵੱਡੀਆਂ ਨੇ, ਇਹ ਵੀ ਵੱਡੀਆਂ ਨੇ। ਤੈਨੂੰ 58 ਨੰਬਰ ਲੈ ਕੇ ਮਿਲਣੀ ਪੈਣੀ ਆ। ਲਿਖਾਈ ਦਿਖਾ, ਦਿਖਾ ਫਿਰ ਵੀ ਠੀਕ ਆ। ਹਾਂ ਠੀਕ ਆ, ਉਹ ਇਹਦਾ ਇਹਦਾ ਨਾ ਆਹ ਥੱਲੇ ਆ ਨੱਕ, ਇਹਦਾ ਨੱਕ ਦਾ ਰੱਖਿਆ ਆਹ ਬਾਈ ਦੇ, ਠੀਕ ਲੱਗੂ ਚੌੜਾ ਨਾ ਮੂੰਹ। ਚੱਲ ਫਿਰ ਨੀਲੀਆ ਉਹਦੀ ਦੇ ਚੌੜੀ ਨਾ ਸਾਹ ਚੌੜੀ ਨਾ ਉਹਦੇ ਠੀਕ ਲੱਗੂ। ਆ ਮੇਰੇ ਤਾਂ ਹੁਣ ਆਇਆ ਨਾ ਥੋੜਾ ਜਿਹਾ, ਆ ਜਾਓ ਦੇਖ ਉਧਰ ਦੇਖ ਗੱਲ ਜੈਸਾ। ਚਲੋ ਚਲੀਏ, ਲੋਕ ਲਾ ਰਿਹਾ ਮੁੰਡਾ। ਹੋਰ
ਫੜ ਕੇ ਕੁੱਟਿਆ ਮੈਨੂੰ ਲੱਗਦਾ ਉਹ ਜਦੋਂ ਜੀਰ ਵਾਲੀ ਗੱਲ ਹੋਈ ਉਦੋਂ ਘੁੱਟਦਾ ਇਹਨੇ ਉਹ 7.5 ਕਿਲੋਮੀਟਰ ਦੂਰ ਆ ਯਾਰ ਚਲੋ ਫਿਰ ਤੁਰ ਪੋ ਖੜੀ ਕਰ ਦਿਓ ਚਲੋ ਪਿੱਕੇ ਚੱਲੀ ਵਾਪਸ ਅਸਮਾਨ ਗ੍ਰਿਲਿੰਗ ਹੱਟ ਗ੍ਰਿਲਿੰਗ ਹੱਟ ਉਹ ਲੱਗ ਰਿਹਾ ਮੈਨੂੰ ਤਾਂ ਇਸ ਵਾਰ ਪਿੱਕਾ ਅਸੀਂ ਖੜਾਤਾ ਵਿੰਡੋ ਟਿੰਟ ਕਰਾਉਣ ਨੂੰ ਤੇ ਹੁਣ ਅਸੀਂ ਚੱਲੇ ਹਾਂ ਕੁਛ ਖਾਣ ਪੀਣ ਬਹੁਤ ਇੰਨੀ ਗਰਮੀ 'ਚ ਇੰਨੀ ਗਰਮੀ ਸਾਨੂੰ ਪਤਾ ਕਿ ਠੰਡ ਲੱਗ ਰਹੀ ਹੈ ਭੁੱਖ ਲੱਗੀ ਆ ਬਹੁਤ ਜ਼ਿਆਦਾ ਬ੍ਰੇਕਫਾਸਟ ਹੋਇਆ ਹੁਣ ਚੱਲੇ ਆਪਾਂ ਖੂਨਦਾਨ ਕਰਨ ਉਹ ਇੱਥੇ ਮਾੜਾ ਜਿਹਾ ਪਾ ਲਵਾਂ ਇੱਕ ਮਿੰਟ ਮੈਂ ਸੌਂਦ ਖੜ ਕੇ ਨਾ ਆਪਣਾ ਬੰਦ ਕਰਕੇ ਪਹਿਲਾਂ ਫੋਨ ਕਨੈਕਟ ਕਰ ਲਾ ਓ ਯਾਰ ਖੂਨਦਾਨ ਕਰਨ ਚੱਲੇ ਆ ਲੰਗਰ ਪਾਣੀ ਛੱਕ ਕੇ ਡਰਾਈਵਰ ਜੀ ਚਲਾ ਕੇ ਤਾਂ ਮੈਂ ਘੱਟ ਹੀ ਰਾਜੀ ਹੁੰਦਾ ਬਾਈ ਉਹਦਾ ਬਹਿਣ ਵਾਲੇ ਚੰਗੇ ਕੈਨੇਡੀਅਨ ਬਲੱਡ ਸਰਵਿਸਿਸ ਇੱਥੇ ਬਲੱਡ ਦੇਣ ਆਏ ਹਾਂ ਅਸੀਂ ਬਲੱਡ ਲਿਆ ਨੀ ਸਾਡੇ ਤੋਂ ਇਹਨਾਂ ਨੇ ਕਹਿੰਦੇ ਅਪੁਆਇੰਟਮੈਂਟ ਲਓ ਅਪੁਆਇੰਟਮੈਂਟ ਮਿਲੀ ਆ ਕੱਲ੍ਹ ਦੀ ਲੈ ਲਈ 1:20 ਦੀ ਬਲੱਡ ਦਿੱਤਾ ਨੀ ਬਾਈ ਤੂੰ ਉਹਨੇ ਲਿਆ ਹੀ ਨੀ ਯਾਰ ਉਹ ਕਹਿੰਦੇ ਵੀ ਗੰਦੇ ਜਿਹੇ ਹੈਗੇ ਤੁਸੀਂ ਨਸ਼ੇੜੀ ਜਿਹੇ ਲੱਗਦੇ ਹੋ ਨਾ ਤੈਨੂੰ ਕੀ ਲੱਗਦਾ ਮੈਂ ਪਾਊਂਗਾ ਫਿਰ ਤੇਰੀ ਵੀ ਕੱਟੂ ਸ਼ਾਮ ਦਾ ਵੇਲਾ ਤੇ ਇੱਥੇ ਖੜਨੀ ਸੀ ਗੱਡੀ ਲੜ ਪਏ ਮੈਂ 2 ਬੋਤਲਾਂ ਲੈ ਕੇ ਨਹੀਂ ਆ ਇੱਕ ਨਾ ਇੱਕ ਬੋਤਲ ਮੈਨੂੰ ਨਹੀਂ 6 ਬੋਤਲਾਂ 6 ਬੋਤਲਾਂ 90 ਲੀਟਰ ਬ੍ਰੈਂਪਟਨ ਦੀ ਏਸੀ ਮਾਰਕੀਟ ਮੁੰਬਈ ਮੋਬਾਈਲ ਕਰੀਬੂ ਸ਼ਾਨ ਜਵੈਲਰੀ ਮੋਗੇ ਵਾਲੇ ਮੋਬਾਈਲ ਲੱਗਦਾ ਇਹ ਯਾਰ ਵੀ ਕੈਨੇਡਾ ਵਾ ਚਾਈਨਾ ਹੀ ਲੱਗਦਾ ਲੈ ਲੈ ਉਹ ਸਾਲੇ ਜਿਹੜੇ ਦੁਕਾਨਾਂ ਨੇ ਅੰਦਰ ਨੇ ਨਾ ਉਹ ਵੀ ਉਹ ਜਿਹੇ
ਦੇਖ ਲਿਆ ਕਵਰ ਕੁਵਰ ਦੇਖਣੇ ਆ ਪ੍ਰੋਟੈਕਟਰ ਲਵਾ ਲਾ ਨਵਾਂ ਓਏ ਉਹ ਆ ਇਹ ਤਾਂ 17 ਵਾਲੀ ਮਾਰਕੀਟ ਜਿਹੜੀ ਉਹ ਅੰਦਰਲੇ ਪਾਸੇ ਲੈ ਫੇਰ ਸਲੂਨ ਆਦੇ ਘੰਟਾ ਘਰ ਆ ਗਏ ਹੁਣ ਇਹ ਤੁਹਾਨੂੰ ਪੈਗ ਲੱਗ ਰਿਹਾ ਹੋਣਾ ਪਰ ਇਹ ਐਪਲ ਜੂਸ ਆ ਕੜਤਣ ਦਾ ਯਾਰ ਮੈਨੂੰ ਬਰਫ਼ ਚਾਹੀਦੀ ਆ ਬੇਰ ਇਜ਼ ਸਨੋਫਾਲ ਸਨੋਫਾਲ ਦਾ ਗੈਲਗਰੀ ਆ ਰਹਿ ਗਾਣਾ ਹੁੰਦਾ ਸੀਗਾ ਇਹ ਮਾੜੀ ਬੱਲੀਏ ਬਹੁਤ ਬਹੁਤ ਮੁਬਾਰਕਾਂ ਵੀਰੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਬਈ ਚੱਕਦੀਆਂ ਨਵੇਂ ਨਵੇਂ ਕੈਨੇਡਾ ਦੀ ਗੱਲ ਖਤਮ ਇੱਥੇ ਗੱਲ ਖਤਮ ਗੱਲ ਖਤਮ ਹੋ ਗਈ ਸਵੱਦੀ ਤੋਂ ਬਚਾ ਮੈਨੂੰ ਸਵੱਦੀ ਤੋਂ ਬਚਾ ਰੋਬੀ ਫਿਰਦਾ 5 ਮਿੰਟ 6ਵੇਂ ਵਾਲੇ ਮੈਂ ਜਾਣ ਨੀ ਦਿੱਤਾ 2 ਘੁੱਟਾਂ ਹੁਣ ਮੇਰਾ ਥੋੜਾ ਜਿਹਾ ਮੈਂ ਫਿਰ ਅੰਗਰੇਜ਼ੀ ਚਾਹਦਾ ਪੀਲਾ ਤੁਸੀਂ ਮੇਰੀ ਅੰਗਰੇਜ਼ੀ ਫ੍ਰੈਂਚ ਸਮਝਣੀ ਹੀ ਨਹੀਂ ਮੈਂ ਫ੍ਰੈਂਚ ਦਾ ਐਕਸਪਰਟ ਬੰਦਾ ਚੱਲ ਜਾ ਹੁਣ ਜਾ ਓਏ ਥੋੜਾ ਖੋਲ ਤਾਂ ਲੈ ਹੋਰ ਖੁੱਲੂਗਾ ਹੋਰ ਖੋਲਣਾ ਨਹੀਂ ਬਸ ਓਕੇ ਜਾ ਫਿਰ ਜਾ ਬੇਲ ਹੈ ਨਹੀਂ ਬੇਲੇ ਨਹੀਂ ਇਹ ਕੰਮ ਜੋ ਸਿੱਧੂ ਨਾਲ ਕਰ ਘੱਟੋ ਘੱਟ ਐ ਕਹਿ ਦੇ I will talk in English everything oh yeah let's go bro oh all speak in English you have a 9.5 bad in English Swati, come on ਸਾਸ ਲੱਗਣਾ ਜਿਹੜੀ ਹੈ ਜੀ ਪਹਿਲਾਂ